ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਅਸੀਂ ਪਹੁੰਚੇ ਹਾਂ ਤੌਂਗਾਲੀ ਮੰਡੀ 'ਤੇ ਅਤੇ ਦੇਖਦੇ ਹਾਂ ਵੀ ਅੱਜ ਕਿਹੋ ਜਿਹੇ ਜਾਨਵਰ ਮੰਡੀ 'ਤੇ ਪਹੁੰਚੇ ਨੇ। ਇੱਕ ਵੀਰ ਕੋਲ ਕਾਫੀ ਵਧੀਆ ਜਾਨਵਰ ਹੈ ਅਤੇ ਬਹੁਤ ਸਾਰੇ ਗਾਹਕ ਜਿਹੜੇ ਉਹਦੇ ਪਿੱਛੇ ਲੱਗੇ ਹੋਏ ਨੇ। ਆਪਾਂ ਦੇਖਦੇ ਹਾਂ ਵੀ ਵੀਰ ਵੱਲੋਂ ਕੀ ਡਿਮਾਂਡ ਕੀਤੀ ਜਾ ਰਹੀ ਹੈ ਅਤੇ ਕਿਹੋ ਜਿਹਾ ਜਾਨਵਰ ਹੈ। ਜੇਕਰ ਤੁਸੀਂ ਸਾਡੇ ਚੈਨਲ 'ਤੇ ਬਿਲਕੁਲ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਆਉਂਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਕਿ ਸਾਡੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਕਿੱਥੋਂ ਪਹੁੰਚੇ ਹੋ ਤੁਸੀਂ ਤੇ ਦਿਖਾਓ ਜਾਨਵਰ ਤੋਰ ਕੇ। ਕੀ ਕਰ ਦਿਓ ਇਹਦਾ ਮੁੱਲ? 20,000 ਰੁਪਇਆ। 20,000? ਕੀ ਵਰਾਇਟੀ ਮੰਨਦੇ ਹੋ ਤੁਸੀਂ ਇਹਦੇ 'ਚ, ਖੂਬੀ ਕੀ ਹੈ? ਗੁਲਾਬੀ ਕਰਨਾ ਬਾਈ, ਗੁਲਾਬੀ ਕਰਨਾ ਹੈ। ਤੇ ਨਸਲ ਇਹ ਕਿਹੜੀ ਕਹਿ ਰਹੇ ਸੀ ਮੰਡੀ 'ਚ? ਕਾਫੀ ਗਾਹਕਾਂ ਤੋਂ ਸੁਣਿਆ ਮੈਂ ਵੀ ਦੇਵਾਲੀ ਕੁਛ ਨਸਲ ਹੈ। ਅੱਛਾ, ਬੀਟਲ ਦੇਵਾਲੀ ਦਾ ਕੀ ਪ੍ਰੋਸੈਸ ਹੈਗਾ? ਕਿਹੜੇ ਪਿੰਡ ਤੋਂ ਪਹੁੰਚੇ ਹੋ? ਮਹਿਮਾ ਸਰ। ਤੇ ਕਿੰਨੇ ਜਾਨਵਰ ਲੈ ਕੇ ਆਏ ਹੋ ਤੁਸੀਂ? ਚਾਰ। ਕਿਹੜੀ ਨਸਲ ਦੇ ਇਹ? ਤੋਤਾਪੁਰੀ। ਤੋਤਾਪੁਰੀ। ਇਹਨਾਂ ਦਾ ਕਲਰ ਬਹੁਤ ਸੋਹਣਾ। ਕਿੰਨੇ ਕੁ ਜਾਨਵਰ ਪਹਿਲਾਂ ਵੀ ਆ ਤੁਹਾਡੇ ਕੋਲੇ? ਘਰੇ ਸਾਡੇ ਕੋਲੇ 20-30 ਜਾਨਵਰ ਹੈਗੇ। ਦਿਖਾਓ ਇਹਨਾਂ ਦਾ ਇੱਕ ਇੱਕ ਜਾਨਵਰ ਸਾਨੂੰ। ਆਹ ਕੁੰਡੀ ਨੱਕ ਵਾਲਾ ਜੀ, ਇਹਦਾ ਕੀ ਰੇਟ ਕਰਦੇ ਹੋ? 20,000। 20,000? ਹਾਂਜੀ। ਤੇ ਦੂਜੇ ਦਾ? ਆਹ ਚਿੱਟੀ ਅੱਖ ਵਾਲਾ ਜੀ, ਇਹਦਾ? ਇਹਦਾ 20,000। ਆਹ ਪੱਠੇ ਵੱਡੀ ਕੁੰਡੇ ਨੱਕ ਵਾਲੀ, ਇਹਦਾ 30,000। ਇਹਦਾ ਕਿਉਂ 30,000 ਹੈ? ਇਹ ਵੱਡੀ ਹੈ ਜੀ, ਇਹ 3-3 ਮਹੀਨੇ ਦੇ, 4-4 ਮਹੀਨੇ। ਇਹ ਜਿਹੜੇ 3 ਮਹੀਨਿਆਂ ਦੇ ਆ ਉਹ 4 ਮਹੀਨਿਆਂ ਦੇ ਆ। ਤੇ ਕੀ ਕਿਵੇਂ ਕਹਿੰਦੇ ਹੋ ਤੁਸੀਂ ਇਹ ਪਿਓਰਟੀ ਕਿੰਨੀ ਕੁ ਮੰਨਦੇ ਹੋ ਤੁਸੀਂ ਇਹਦੀ? ਇਹ 80% ਪਿਓਰ ਹੈ। 80% ਮੰਨਦੇ ਹੋ? ਹਾਂਜੀ। ਤੇ ਕਿੰਨੇ ਜਾਨਵਰ ਆ ਤੁਹਾਡੇ ਕੋਲੇ ਘਰੇ? ਘਰੇ 20-30 ਜਾਨਵਰ ਹੈ। 20-30 ਜਾਨਵਰ? ਹਾਂਜੀ। ਤੇ ਅੱਜ ਕਿੰਨੇ ਲੈ ਕੇ ਆਏ ਹੋ? ਅੱਜ 4 ਹੈ। 4 ਲੈ ਕੇ ਆਏ, ਕੁਛ ਲੱਗਿਆ ਵੀ ਹੈ? ਹਾਂਜੀ, 12,000 ਰੁਪਇਆ ਲੱਗ ਗਿਆ ਇੱਕ ਦਾ ਜੀ। ਕਿਹੜੇ ਦਾ ਕਿਹੜੇ ਦਾ ਲੱਗਿਆ ਰੇਟ ਸਾਨੂੰ ਦੱਸੋ ਇਹਦਾ? ਇਹਦਾ 12,000 ਲੱਗੇ। ਤੇ ਕਿੰਨੇ ਛੱਡੋਗੇ? 20 'ਚ ਛੱਡਾਂਗੇ। 20 'ਚ ਛੱਡਣਾ ਹੈ? ਕੁਛ ਡਿਸਕਾਊਂਟ? ਡਿਸਕਾਊਂਟ ਬਸ ਕਰ ਦਿਆਂਗੇ 500 ਰੁਪਇਆ। 500? ਧੰਨਵਾਦ ਬਾਈ। ਹਾਂਜੀ ਦੋਸਤੋ, ਤੁਹਾਨੂੰ ਇਹ ਜਾਨਵਰ ਕਿਸ ਤਰ੍ਹਾਂ ਦੇ ਲੱਗੇ ਅਤੇ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਪੈਸਿਆਂ ਦਾ ਇਹ ਜਾਨਵਰ ਆ ਤੁਸੀਂ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਉਂਦੇ ਬੈੱਲ ਦੇ ਆਈਕਾਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਜੇ ਤੁਹਾਨੂੰ ਵੀਰ ਹੋਰਾਂ ਦੇ ਤੋਤਾਪੁਰੀ ਜਾਨਵਰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਖੂਬਸੂਰਤ ਜਾਨਵਰ ਸਾਡੇ ਹੋਰ ਵੀ ਦੋਸਤ ਮਿੱਤਰ ਦੇਖ ਸਕਣ। ਧੰਨਵਾਦ ਦੋਸਤੋ।